हेलो गाइस, मैं लगी हूँ आज चिकन गोभी आलू का सालन बनाऊँ। यह टमाटर आ चिकन हजे शॉपर के बेच आ, ये हजे धोना वा वॉश करना। आ चिकन शॉपर के बेच चिकन हजे वॉश करने वाला वा। तो मैं लगी आलू गोभी चिकन बनाऊँ। चिकन हमायो सईद वास्ते ना मैं बनाईया फ्रेंचाइज, तो असी खा भी ले आ। तो यह हूँ ना कैचअप पाया वा, यह कैचअप पिया वा, आ छोटी कटोरी च पाया कैचअप। हमायो सईद वास्ते ना फ्रेंचाइज बनाई आ, तो यह कैचअप आ छोटी जिनी कटोरी आ। तो यह फ्रेंचाइज आ, तो असी खा भी ले आ। तो ये बाहर खेलन गया सी, हुण आया वा। आ संडे आ, सईद वास्ते ना फ्रेंचाइज बनाई आ। तो हमायो सही छत्ते लैके चले आ, कैचअप पा लिया इन्होंने कटोरी च, तां कच जिहड़ा ना मैं लै जावां इन्हें सारा ही इहदा कम कर जाणा वा। जा हुण छत ते। प्याज टमाटर प्याज मिर्च ये मिक्स करके ना इन्हों मैं इन्हों की बनाई कर दी हाँ। लाइट गोल्ड ब्राउन हो जाए ना, तो फिर ना खुश्क मसाले ऐड करूँगी। इन्होंने ना गोल्डन होंगे होंगे ना, मैं चिकन धो लिया वा। मुर्गी ना तड़के दे विच काफ़ी ज़्यादा ना फ्राई हो गई आ, तो हुण आयल जिहड़ा वा ना वह भी सही हो गया वा। हुण मैं विच ना आलू गोभी जिहड़े ना वह पानी आ। आलू गोभी हमायो डिनर करता वा, तो उधर मार्केट आई टीवी च कारी हो गई आ, वो कहन मार पैन डी हमायो सही था लै ये ही हो गया टीवी च। बड़े डंडे फड़े आ बई लै, हमायो सईद ना रोटी खांदा पिया वा डिनर। ते जेड़ा असी ना आलू चिकन ते दूसरा गोभी चिकन आलू गोभी का सालन बनाया सी ना, ते उहदे नाल रोटी खांदे पए हमायो सईद। ते हमायो नूं लस्सी पिलाउणा बहुत औखा आ, बहुत ही औखा आ। महल्ले च पता लग जाता जो हमायो नूं लस्सी पिलाईए, ते असीं तां तीन टाइम लस्सी पी दी आ। तीन टाइम खाने दे खाणा जदों खाणा वा ना तीन टाइम असी लस्सी पीनी आ। उदा भी असी सारी दिहाड़ी लस्सी पी जाई दी आ, बना के रखी हुंदी आ, ते सारा दिन लस्सी पी जानी। ते हुण रात दा डिनर करना वा, ते तां भी लस्सी लाजमी पीनी आ। ते सईद भी लस्सी शौक ना पी लेंदे, मैं भी पी लैंदी हाँ, लेकिन हमायो सईद नूं ना लस्सी पिलाउणी बहुत औखी आ।
ਤੇ ਇਦਾਂ ਹੀ ਜਦੋਂ ਸ਼ਾਦੀ ਤੋਂ ਪਹਿਲੇ ਸਾਨੂੰ ਲੱਸੀ ਪਿਲਾਉਣੀ ਵੀ ਬਹੁਤ ਔਖੀ। ਸਾਡੀ ਅੰਮੀ ਨੇ ਕਹਿਣਾ ਨਹੀਂ ਲੱਸੀ ਵਧਾ ਲਓ, ਅਸੀਂ ਲੱਸੀ ਨਾ ਵਧਾਉਣੀ ਤੇ ਅਸੀਂ ਬੱਕਰੀਆਂ ਨੂੰ ਡੋਲ ਕੇ ਸ਼ਾਮ ਨੂੰ ਡੋਲ ਦੇਣੀ ਜਾਂ ਬੱਕਰੀਆਂ ਨੂੰ ਪਿਲਾ ਦੇਣੀ। ਤਾਂ ਅੰਮੀ ਨੇ ਰੌਲਾ ਹੀ ਪਾਉਂਦੀ ਰਹਿਣਾ ਕਿ ਲੱਸੀ ਬਣਾ ਲਓ, ਲੱਸੀ ਬਣਾ ਲਓ। ਅਸੀਂ ਕਹਿਣਾ ਨਹੀਂ ਅੰਮੀ, ਆਹ ਠੰਡਾ ਪਾਣੀ ਹੈਗਾ ਨਾ, ਠੰਡਾ ਪਾਣੀ ਨਾਲ ਰੋਟੀ ਖਾ ਲਓ। ਤਾਂ ਹੁਣ ਸਾਨੂੰ ਪਤਾ ਲੱਗਦਾ ਕਿ ਅਸੀਂ ਕਿੰਨਾ ਗਲਤ ਕਰਦੀਆਂ ਰਹੀਆਂ। ਲੱਸੀ ਵਧਾ ਦੀ ਦੀ ਸੀ ਕਦੀ ਕਦੀ, ਤਾਂ ਜ਼ਿਆਦਾਤਰ ਅਸੀਂ ਨਾ ਲੱਸੀ ਨਾ ਵਧਾਉਣੀ ਅਤੇ ਰੋਟੀ ਨਾ ਦੇ ਦੇਣੀ, ਪਾਣੀ ਨਾਲ ਦੇ ਦੇਣੀ, ਠੰਡੇ ਪਾਣੀ ਨਾਲ। ਅਤੇ ਸ਼ਾਮ ਨੂੰ ਜਦੋਂ ਲੱਸੀ ਵਾਲਾ ਬਰਤਨ ਧੋਣਾ ਨਾ, ਅਤੇ ਜਾਂ ਬੱਕਰੀਆਂ ਨੂੰ ਲੱਸੀ ਪਿਲਾ ਦੇਣੀ ਅਤੇ ਜਾਂ ਡੋਲ ਦੇਣੀ। ਅਤੇ ਹੁਣ ਅਸੀਂ ਸ਼ਹਿਰ 'ਚ ਰਹਿੰਦੇ ਹਾਂ ਨਾ, ਤਾਂ ਮੈਨੂੰ ਨਾ ਲੱਸੀ ਪੀਣੀ ਦਾ ਜਿਹੜਾ ਸ਼ੌਕ ਆ ਨਾ, ਉਹ ਇਹਨਾਂ ਨਾਲ ਦੇਖ ਕੇ ਆਇਆ ਵਾ। ਮੇਰੇ ਸਸੁਰਾਲ ਵਾਲੇ ਜਿਹੜੇ ਆ ਨਾ, ਉਹ ਲੱਸੀ ਸ਼ੌਕ ਨਾਲ ਪੀਂਦੇ, ਉਹਨਾਂ ਨਾਲ ਦੇਖ ਕੇ ਨਾ, ਅਤੇ ਫਿਰ ਮੈਂ ਲੱਸੀ ਪੀਣੀ ਸ਼ੁਰੂ ਕਰਦੀ। ਮੈਂ ਕਿਹਾ ਇਹ ਤਾਂ ਬਹੁਤ ਹੀ ਵਧੀਆ ਗੱਲ ਆ ਲੱਸੀ ਪੀਣੀ। ਤਾਂ ਹੁਣ ਅਸੀਂ ਨਾ ਤਿੰਨ ਟਾਈਮ ਖਾਣਾ ਖਾਣਾ ਵਾ ਨਾ, ਤਾਂ ਤਿੰਨ ਟਾਈਮ ਨਾ ਲੱਸੀ ਨਾਲ ਹੀ ਖਾਣਾ। ਤਾਂ ਉਹ ਜਿਹੜੇ ਪਿੰਡਾਂ 'ਚ ਰਹਿੰਦੇ ਨਾ ਮੱਝਾਂ ਵਾਲੇ ਲੋਕ, ਉਹਨਾਂ ਦੀ ਵੀ ਸੁਣ ਲਓ। ਉਹ ਸਾਰਾ ਦਿਨ ਮੱਝਾਂ ਨੂੰ ਪੱਠੇ ਪਾ ਪਾ ਗੋਹਾ ਚੱਕ ਚੱਕ ਕੇ, ਮੱਝਾਂ ਨੂੰ ਕਦੀ ਧੁੱਪੇ ਬੰਨ, ਕਦੀ ਛਾਵੇਂ ਬੰਨ, ਸਾਰਾ ਦਿਨ ਵਿਚਾਰੇ ਮੱਝਾਂ ਨੂੰ ਪੱਠੇ ਪਾਉਂਦੇ ਰਹਿੰਦੇ ਅਤੇ ਗੋਹਾ ਚੱਕਦੇ ਰਹਿੰਦੇ। ਤਾਂ ਉਹਨਾਂ ਦੇ ਨਸੀਬ 'ਚ ਲੱਸੀ ਹੈ ਹੀ ਨਹੀਂ, ਦੁੱਧ ਉਹਨਾਂ ਨੇ ਦੂਜੀਆਂ ਨੂੰ ਪਾ ਦੇਣਾ, ਪੈਸੇ ਗਿਣ 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 ਕੇ ਨਾ ਜੇਬ 'ਚ ਪਾ ਲੈਣੇ, ਅਤੇ ਉਹ ਪੈਸੇ ਵਰਤਣੇ ਵੀ ਨਹੀਂ, ਅਤੇ ਉਹ ਪੈਸੇ ਉੱਦਾਂ ਹੀ ਸੰਭਾਲ ਸੰਭਾਲ ਕੇ ਰੱਖਣੇ, ਅਤੇ ਸਾਰਾ ਦਿਨ ਗੋਹਾ ਚੱਕੀ ਜਾਣਾ, ਮੱਝਾਂ ਨੂੰ ਪੱਠੇ ਪਾਈ ਜਾਣੇ। ਤਾਂ ਉਹਨਾਂ ਨੇ ਚਾਹ ਕਿਹੜੀ ਪੀਣੀ, ਕਾਹਵਾ ਬਣਾ ਕੇ ਨਾ ਕਾਹਵੇ 'ਚ ਥੋੜ੍ਹਾ ਜਿਹਾ ਖੀਰ ਪਾ ਲੈਣਾ ਅਤੇ ਚਾਹ ਪੀ ਲੈਣੀ। ਤਾਂ ਉਹ ਚਲੋ ਪਿੰਡ 'ਚ ਤੁਸੀਂ ਰਹਿੰਦੇ ਆ, ਤੁਸੀਂ ਮੱਝਾਂ ਨੂੰ ਪੱਠੇ ਪਾਓ, ਉਹਨਾਂ ਦਾ ਗੋਹਾ ਚੁੱਕੋ, ਉਹਨਾਂ ਨੂੰ ਨਲਾਵੋ, ਧੁੱਪੇ ਛਾਵੇਂ ਬੰਨੋ, ਲੇਕਿਨ ਤੁਸੀਂ ਲੱਸੀ ਤਾਂ ਪੀਆ ਕਰੋ। ਕਿਸੇ ਪਿੰਡ 'ਚ ਚੱਲ ਜਾਓ ਨਾ, ਉਹਨਾਂ ਨੂੰ ਕਹੀਏ ਨਾ ਲੱਸੀ ਦੇ ਦਿਓ ਸਾਨੂੰ, ਬੋਤਲ ਲਾ ਦਿਓ। ਲੈ ਲੱਸੀ ਕਿੱਥੋਂ, ਉਹ ਦੁੱਧ ਹੀ ਨੂੰ ਦੁੱਧ ਪਾ ਦਈਦਾ, ਕੌਣ ਦੁੱਧ ਰਿੜ ਕੇ ਆਦੇ, ਤਾਂ ਪੈਸੇ ਵੱਟਣੇ ਵੀ ਪਈ ਆ। ਆਹ ਜਿਹੜਾ ਨਾ ਬੱਚਾ ਹਮਾਇਓ ਸਈਦ, ਇਹਨੂੰ ਦਹੀਂ ਖਵਾਉਣਾ ਹੋਵੇ ਤਾਂ ਮੁਹੱਲੇ ਵਾਲਿਆਂ ਨੂੰ ਪਤਾ ਲੱਗ ਜਾਂਦਾ, ਲੱਸੀ ਪਿਲਾਉਣੀ ਹੋਵੇ ਤਾਂ ਮੁਹੱਲੇ ਵਾਲਿਆਂ ਨੂੰ ਪਤਾ ਲੱਗ ਜਾਂਦਾ। ਇਹਨੂੰ ਇਹਨੇ ਸ਼ਵਾਰਮੇ ਖਾਣੇ ਹੋਣ, ਪੀਜ਼ੇ ਖਾਣੇ ਹੋਣ, ਤਾਂ ਫਿਰ ਲਾਗੇ ਨਹੀਂ ਪਤਾ ਲੱਗਣ ਦਿੰਦਾ, ਮੈਨੂੰ ਵੀ ਨਹੀਂ ਪਤਾ ਲੱਗਣ ਦਿੰਦਾ, ਆਪਣੇ ਪਿਓ ਨਾਲ ਗਿੱਟ ਮਿੱਟ ਜੋੜ ਕੇ, ਅਤੇ ਫਿਰ ਮੈਨੂੰ ਇਹਨਾਂ ਨੇ ਕਹਿਣਾ ਸੀ ਚੱਲੇ ਹਾਂ ਪੀਜ਼ਾ ਖਾਣ, ਜੇ ਜਾਣਾ ਤਾਂ ਆ ਜਾ। ਫਿਰ ਮੈਂ ਵੀ ਤੁਰ ਪੈਂਦੀ ਜੁੱਤੀ ਪਾ ਕੇ, ਮੈਂ ਕਿਹਾ ਇਹਨਾਂ ਨੇ ਖਾ ਤਾਂ ਆਉਣਾ ਹੀ, ਅਗਰ ਮੈਂ ਨਾ ਗਈ ਤਾਂ ਵੀ ਇਹਨਾਂ ਨੇ ਖਾਏ ਆਉਣਾ, ਜੇ ਮੈਂ ਚੱਲ ਗਈ ਤਾਂ ਵੀ ਖਾਏ ਆਉਣਾ। ਚੱਲ ਬੰਦਾ ਖਾਵੇ, ਸ਼ਵਾਰਮੇ ਵੀ ਖਾਵੇ, ਪੀਜ਼ੇ ਵੀ ਖਾਵੇ, ਫਰੂਟ ਵੀ ਖਾਵੇ, ਦੁੱਧ ਦਹੀਂ ਅਤੇ ਲੱਸੀ ਤਾਂ ਲਾਜ਼ਮੀ ਪੀਵੇ ਨਾ, ਇਹ ਚੀਜ਼ਾਂ ਤਾਂ ਰੀਜਨਲ ਆ ਨਾ, ਇਹਦੇ ਵਿੱਚ ਤਾਂ ਕੋਈ ਆਰਟੀਫਿਸ਼ਲ ਫਲੇਵਰ ਨਹੀਂ ਨਾ। ਕੀ ਬੰਦਾ ਕਰੇ, ਕੌਮ ਨੂੰ ਕੌਣ ਸਮਝਾਵੇ। ਫਿਰ ਮੈਨੂੰ ਯਾਦ ਆ ਜਾਂਦੀ ਆਪਣੀ ਅੰਮੀ ਦੀ ਗੱਲ, ਮੈਂ ਕਿਹਾ ਮੇਰੀ ਅੰਮੀ ਵੀ ਇੱਦਾਂ ਹੀ ਕਹਿੰਦੀ ਹੁੰਦੀ ਸੀ, ਨੀ ਦੁੱਧ ਪੀ ਲਓ, ਨੀ ਲੱਸੀ ਪੀ ਲਓ, ਨੀ ਦਹੀਂ ਖਾ ਲਓ। ਦਹੀਂ ਤਾਂ ਅਸੀਂ ਖੈਰ ਬਥੇਰਾ ਖਾਈਦਾ ਸੀ, ਬਹੁਤ ਜ਼ਿਆਦਾ ਹੀ ਦਹੀਂ ਖਾਈਦਾ ਸੀ, ਤਾਂ ਦੁੱਧ ਬਹੁਤ ਘੱਟ ਪੀਦਾ ਸੀ। ਤੋਬਾ ਤੋਬਾ, ਡਰ ਜਾਈਦਾ ਸੀ ਮੱਗੇ ਵੱਲ ਦੇਖ ਕੇ। ਤਾਂ ਲੱਸੀ ਜਿਹੜੀ ਨਾ, ਇਹ ਸਈਦ ਵੱਲ ਦੇਖ ਦੇਖ ਕੇ ਪੀਣੀ ਆ ਗਈ, ਕਿਉਂਕਿ ਸਈਦ ਲੱਸੀ ਪੀਂਦੇ ਸੀ, ਦਹੀਂ ਖਾਂਦੇ ਸੀ, ਖੀਰ ਪੀਂਦੇ ਸੀ।